ਜੀ ਸੱਚ ਆਹ ਦਿਖਾਉਣਾ ਸੀ, ਨਿਊ ਐਂਟਰੀ ਹੋ ਗਈ ਇੱਕ, ਆਪਾਂ ਰਾਤ ਹੀ ਪਹੁੰਚੇ ਆਪਣੇ 11 ਵਜੇ ਦੇਖ ਲਓ ਲਾ ਕੇ ਦੁਰਮੁਖ ਟੰਗ ਲਿਆ ਮਸਾਂ ਹੀ ਆਇਆ ਨਾ ਰੋਡ ਪਤੰਦਰ ਗ੍ਰੀਨ ਕਲਰ ਦੇ ਅੱਖਰ ਕਹਿੰਦੇ ਮੁੰਡਾ ਲੱਗਣ ਲੱਗਿਆ ਪਿਆ ਕੱਢਣ ਤੂੰ ਰਹਿਣ ਦੇ ਉੱਬੀ ਬਾਰਡਰ ਦੀ ਕਟਿੰਗ ਹੋ ਰਹੀ ਆ ਅਤੇ ਡਿਜ਼ਾਇਨ ਜਿਹਾ ਪਾਇਆ ਆਪਾਂ ਬਾਰਡਰ 'ਚ ਅਤੇ ਸੋਹਣਾ ਲੱਗੂ ਇਹ ਕੀ ਦੇਣਾ ਕਿਵੇਂ ਠੇਕੇਦਾਰ ਨਾਨਕਾਵੇਂ ਲੋਕਿਆ ਸਾਰਾ ਹੈਂ ਸਾਰਾ ਕੰਮ ਕੰਪਲੀਟ ਹੋ ਗਿਆ ਦੇਖੋ ਹੁਣ ਬਸ ਅੱਖਰਾਂ ਉੱਤੋਂ ਲਾਉਣਾ ਫਿਰ ਜਮਾਂ ਹੀ ਐਨ ਓਕੇ ਫਾਈਨਲ ਉਹ ਜੀ ਤਿੰਨੇ ਰੈਡੀ ਨੇ ਗ੍ਰੀਨ ਹੋਰਸ ਆਲ ਆਈਜ਼ ਔਨ ਮੀ ਅਤੇ ਸੈਲੀਬ੍ਰਿਟੀ ਕਿਲਰ ਅਤੇ ਸਵਾਗਤ ਆ ਜੀ ਸਭ ਦਾ ਆਪਣੇ ਇੱਕ ਹੋਰ ਨਵੇਂ ਵਲੋਗ ਦੇ ਵਿੱਚ ਅੱਜ ਮੇਰੇ ਵੀਰਿਓ ਇੱਥੇ ਆਪਣੇ ਬੰਦੇ ਪਨੀਰੀ ਪੱਟਣ ਆਏ ਸੀਗੇ ਅਤੇ ਪਨੀਰੀ ਨੂੰ ਪਾਣੀ ਨਹੀਂ ਲੱਗਿਆ ਹੋਇਆ ਉਹ ਕਹਿੰਦੇ ਪੱਟੀ ਨਹੀਂ ਜਾਂਦੀ ਤਾਂ ਹੀ ਹੁਣ ਆਪਾਂ ਜਨਰੇਟਰ ਲੈ ਕੇ ਜਾਣਾ ਲਾਈਟ ਤਾਂ ਹੈ ਨਹੀਂ ਜੀ ਜਨਰੇਟਰ ਲੈ ਕੇ ਜਾਣਾ ਅਤੇ ਪਨੀਰੀ ਪਟਾ ਕੇ ਲਿਆਉਣੀ ਆ ਬਾਕੀ ਚੱਲ ਕੇ ਦਿਖਾਉਣੀ ਆ ਆਪਾਂ ਜੋਂਡੀਅਰ ਮਗਰ ਆਪਾਂ ਜਨਰੇਟਰ ਪਾ ਕੇ ਲਿਆਉਣਾ ਅਤੇ ਜਿਹੜਾ ਆਪਣੇ ਵਾਲਾ ਜਨਰੇਟਰ ਆ ਉਹ ਹੈਗਾ ਬੈਟਰੀ ਵਾਲਾ ਉਹ ਤਾਂ ਬੈਟਰੀ ਪਹਿਲਾਂ ਧਰਾਉਣੀ ਪਊ ਉਹ ਟਾਈਮ ਹੈ ਨਹੀਂ ਆਪਾਂ ਹੁਣ ਪਹਿਲਾਂ ਜਾ ਕੇ ਪੁਲੀ ਵਾਲਾ ਜਨਰੇਟਰ ਜਿਹੜਾ ਪੁਲੀ ਨਾਲ ਸਟਾਰਟ ਹੁੰਦਾ ਨਾ ਉਹ ਲੈ ਕੇ ਜਾਂਦੇ ਹਾਂ ਬਾਕੀ ਰੈਂਬੋ ਖੜਾ ਕਹਿੰਦੇ 69 ਮੋਟੂ ਤੈਨੂੰ ਅੰਦਰ ਕਰਤਾ ਅੱਜ ਮੋਹੇ ਮੋਹੇ ਹੋ ਗਈ ਮੋਟੂ ਹੁਣ ਜਿਹੜੇ ਗੇੜੇ ਕਰਦਾ ਫਿਰ ਹੁੰਦਾ ਗੰਦ ਪਾਉਂਦਾ ਹੋਣਾ ਤਾਂ ਹੀ ਅੰਦਰ ਕੀਤਾ ਇਹਨੇ ਬਾਕੀ ਚਲੋ ਫਿਰ ਉਹਦੇ ਕੱਢੀਏ ਟਰਾਲੀ ਪਾਈ ਹੋਈ ਆ ਮਗਰ ਟਰਾਲੀ ਕੱਢ ਕੇ ਜਨਰੇਟਰ ਪਾਈ ਆ ਮਗਰ ਆਹ ਖੜਾ ਮੇਰੇ ਵੀਰੋ ਉੱਤੇ ਕੰਮ ਚੱਲਦਾ ਸੀ ਦੇਖੋ ਕੀ ਹਾਲ ਹੋਇਆ ਪਿਆ ਇਹਦਾ ਬਾਕੀ ਹੁਣ ਟਰਾਲੀ ਕੱਢਣੀ ਹੈ ਇਹਦੇ ਮਗਰੋਂ ਅਤੇ ਡਰਾਈਵਰ ਡਰਾਈਵਰ ਹੁਣ ਪਤਾ ਨਹੀਂ ਇਹਦਾ ਕਿੱਥੇ ਹੁਣ ਡਰਾਈਵਰ ਲਾ ਕੇ ਆਪਾਂ ਟਰਾਲੀ ਕੱਢੀਏ ਉਰੇ ਅਤੇ ਟਰੈਕਟਰ ਲੈ ਕੇ ਚੱਲੀਏ ਅਤੇ ਮਗਰ ਜਨਰੇਟਰ ਪਾਈਏ ਅਤੇ ਜਨਰੇਟਰ ਦਿਖਾਉਂਦੇ ਤੁਹਾਨੂੰ ਆਪਣੇ ਵਾਲਾ ਵਿਹਲਾ ਦਾ ਆਹ ਖੜਾ ਹੈ ਤਾਂ ਪੂਰਾ ਹੈਵੀ ਆ ਵੱਡਾ ਜਨਰੇਟਰ ਆ ਬਸ ਇਹਦਾ ਇਹੀ ਚੱਕਰ ਆ ਪਹਿਲਾਂ ਬੈਟਰੀ ਵਾਲਾ ਬੈਟਰੀ ਧਰ ਕੇ ਫਿਰ ਸਟਾਰਟ ਹੋਊ ਸੈਲਫ ਵਾਲਾ ਅਤੇ ਚਲੋ ਕੋਈ ਨਹੀਂ ਹੁਣ ਆਪਾਂ ਦੂਜਾ ਲਿਆਉਂਦੇ ਹਾਂ ਹਜੇ ਪੁਲੀ ਵਾਲਾ ਅਤੇ ਸ਼ਾਮ ਨੂੰ ਬੈਟਰੀ ਬੂਟਰੀ ਧਰਾ ਲਾਂਗੇ ਇਹਦੇ ਡਰਾਈਵਰ ਪਾ ਕੇ ਪਹਿਲਾਂ ਤਾਂ ਟਰਾਲੀ ਕੱਢੀਏ ਫਿਰ ਮਿਲਦੇ ਹਾਂ ਤੁਹਾਨੂੰ ਲਓ ਜੀ ਸੱਚ ਆਹ ਦਿਖਾਉਣਾ ਸੀ ਨਿਊ ਐਂਟਰੀ ਹੋ ਗਈ ਇੱਕ ਆਪਾਂ ਰਾਤ ਹੀ ਪਹੁੰਚੇ ਆਪਣੇ 11 ਵਜੇ ਦੇਖ ਲਓ ਲਾ ਕੇ ਗਏ ਆ ਮੋਗੇ ਤੋਂ ਆਇਆ 10 ਫੁੱਟਾ ਪਡਲਰ ਕਹਿੰਦੇ ਇਹਨੂੰ ਪਡਲਰ ਆਹ ਦੇਖੋ ਮੂਹਰੇ ਲਿਖਿਆ ਹੋਇਆ ਆਪਣੇ ਵੱਲ ਹੋਰ ਕੁਛ ਕਹਿ ਦਿੰਦਾ ਤੁਹਾਨੂੰ ਪਤਾ ਹੀ ਆ ਰੀਲੀ ਰੂਲੀ ਤੁਸੀਂ ਪਿਛਲੇ ਵਲੋਗਾਂ ਦੇਖਿਆ ਹੋਣਾ ਆਪਾਂ ਇਹਦੇ ਨਾਲ ਦਾ ਲਿਆਏ ਸੀ 9 ਫੁੱਟਾ ਜਿਹੜਾ ਔਰ ਮੈਸੀ ਮਗਰ ਪਾਇਆ ਹੋਇਆ ਅਤੇ ਉਹ ਬਾਹਲਾ ਵਧੀਆ ਕੰਮ ਕੀਤਾ ਉਹਨੇ ਤਾਂ ਹੀ ਆਪਾਂ ਮੰਗਾ ਲਿਆ ਕੀ ਕਰੂ ਚੱਕ ਕਹਿੰਦੇ ਭਾਈ ਇਹ ਨਵਾਂ ਗ੍ਰੀਨ ਅਤੇ ਮਗਰ ਪੀਲਾ ਜੋਂਡੀਅਰ ਨਾਲ ਦਾ ਹੋ ਗਿਆ ਇਹ ਪਹਿਣਾ ਪਰ ਡਿਊਜ ਮਗਰ ਆ ਬਾਕੀ ਕਮੈਂਟਾਂ 'ਚ ਦੱਸਿਓ ਵੀ ਕਿਵੇਂ ਬਾਕੀ ਤੁਹਾਨੂੰ ਚੱਲਦਾ ਵੀ ਦਿਖਾਵਾਂਗੇ ਆਪਾਂ ਇਹ ਹੁਣ ਤਾਂ ਡਿਊਜ ਬਹੁਣ ਗਿਆ ਹੋਇਆ ਅਤੇ ਹੁਣੇ ਮੈਨੂੰ ਫੋਨ ਆਇਆ ਕਹਿੰਦੇ ਲੋੜ ਨਹੀਂ ਜਨਰੇਟਰ ਲਿਆਉਣ ਦੀ ਲਾਈਟ ਹੀ ਆ ਗਈ ਅਤੇ ਮੈਂ ਕਿਹਾ ਚਲੋ ਠੀਕ ਆ ਫਿਰ ਬਾਕੀ ਉਹਦੀ ਡਰਾਈਵਰ ਪਤਾ ਨਹੀਂ ਕਿੱਥੇ ਆ ਅਤੇ ਓਕੇ ਆਏ ਨਾ ਕੋਟਾਂ ਇੱਧਰ ਜਾਨਵਰ ਵਧੀਆ ਖਾਈ ਪੀ ਜਾਂਦੇ ਆ ਲਾਉਂਦੇ ਹਾਂ ਤੁਹਾਨੂੰ ਚੱਲ ਕੇ ਆਹ ਦੇਖੋ ਘੋੜੀਆਂ ਬੈਠੀਆਂ ਉਹ ਰੋਟੀ ਖਾਣ ਲੱਗੀ ਹੋਈ ਆ ਦੇਖੋ ਕਹਿੰਦੀ ਉਮੰਗ ਇੱਧਰ ਆ ਬੱਕਰੀ ਦੇਖੋ ਹੁਣ ਇਹਨੇ ਗਾਹ ਪਾਉਣ ਲੱਗ ਜਾਣਾ ਦੇਖ ਕੇ ਹਾਂ ਉਹ ਦੇਖੀ ਵਿੱਚ ਦੇ ਲੱਤਾਂ ਨਾ ਬਸ ਮਾਰ ਉਹਨਾਂ ਦਾ ਲਓ ਜੀ ਟਰਾਲੀ ਲਾ ਤੀ ਇਹਦੇ ਮਗਰੋਂ ਹੁਣ ਇਹਦੇ ਮਗਰ ਆਪਾਂ ਨਾ ਦੁਰਮੁੱਟ ਪਾ ਕੇ ਛੱਡ ਕੇ ਆਉਣਾ
ਉੱਥੇ ਪੱਧਰ ਜਿਹਾ ਕਰਦੇ ਸੀ, ਦੁਰਮਟ ਜਿਹੜਾ ਹੁੰਦਾ ਨਾ ਉਹ ਦੱਬਣ ਵਾਲਾ ਉਹਦੇ ਨਾਲ, ਅਤੇ ਆਪਾਂ ਇਹਦੇ ਮਗਰ ਪਾ ਕੇ, ਕਿਉਂਕਿ ਹੋਰ ਟਰੈਕਟਰ ਤਾਂ ਹੈ ਨਹੀਂ ਸੀਗਾ, ਇਹਦੇ ਮਗਰੋਂ ਟਰਾਲੀ ਕੱਢਣੀ ਬਾਈ, ਅਤੇ ਚਲੋ ਫਿਰ ਉਹ ਪਾ ਕੇ ਆਪਾਂ ਛੱਡ ਕੇ ਆਈਏ ਇੱਥੇ ਖੰਡੂਰ ਵਾਲੇ ਰਾਹ 'ਤੇ ਛੱਡ ਕੇ ਆਉਣਾ ਨੇੜੇ। ਉੱਪੀ ਹੋਣੀ ਫਿਰ ਤਾਂ ਕਹਿੰਦੇ ਦੁਪਹਿਰ ਹੀ ਥਾਪੀਆਂ ਮਾਰਦੇ ਨਾ, ਉਹ ਦੁਪਹਿਰੇ ਤਾਂ ਟੇਕ ਜਿਆ ਕਰ। ਲਓ ਜੀ ਮੇਰੇ ਵੀਰੇ, ਦੁਰਮੋਟ ਟੰਗ ਲਿਆ, ਮਸਾਂ ਹੀ ਆਇਆ ਨਾ ਰੋਡ ਅੰਦਰ, ਅਤੇ ਬਾਕੀ ਚਲੋ ਫਿਰ ਹੁਣ ਚੱਲੀਏ ਹੌਲੀ ਹੌਲੀ, ਅਤੇ ਚੱਲ ਕੇ ਲਾਉਂਦੇ ਹਾਂ, ਤੁਹਾਨੂੰ ਦਿਖਾਉਂਦੇ ਬਾਕੀ ਨਾਲ ਦੇ ਨਾਲ। ਲਓ ਜੀ ਲਾ ਤਾ ਆਪਾਂ ਦੁਰਮਟ, ਇੱਥੇ ਅੰਦਰ ਬੈਕ ਕਰਕੇ ਚੱਲੀਏ ਫਿਰ, ਉੱਭੀ ਚੱਲੀਏ, ਚੱਲ ਬੈਠ ਆ ਜਾ, ਅਤੇ ਹੱਥਾਂ ਦੇ ਹਾਲ ਚੈੱਕ ਕਰੋ, ਇਹ ਦੇਖੋ ਲੈ। ਚਲੋ ਫਿਰ ਹੁਣ ਚੱਲੀਏ ਮੇਰੇ ਵੀਰੇ, ਓਕੇ ਏਅਰਪੋਰਟ ਆਇਆ ਨਾ ਗੇਟ ਵੀ ਲਾਉਣਾ। ਲਓ ਜੀ ਮੇਰੇ ਵੀਰੇ, ਉਹ ਤੇ ਟਰੈਕਟਰ ਆਪਾਂ ਇੱਥੇ ਖੜਾ ਤਾ, ਅਤੇ ਜੇ ਆਰ ਦਾ ਫੋਨ ਆ ਗਿਆ, ਕਹਿੰਦਾ ਟਰੈਕਟਰ ਲਿਆ ਮਾੜਾ ਨਾਪ ਨੂਪ ਜਿਹਾ ਕਰ ਲਈਏ ਪੂਰਾ, ਉਸ ਤੋਂ ਪਹਿਲਾਂ ਆਪਾਂ ਨੂੰ ਆਹ ਕੀ ਗੱਲ ਵੀ ਪਹਿਲਾਂ ਗੱਡੀ ਧਵਾ ਕੇ ਲਿਆਓ, ਹਾਲਤ ਦੇਖੋ ਸ਼ੀਸ਼ਿਆਂ ਸ਼ੂਸ਼ਿਆਂ ਦੀ ਕੀ ਹੋਈ ਪਈ ਆ, ਇਹ ਪਹਿਲਾਂ ਆਪਾਂ ਧਵਾ ਲਿਆਉਂਦੇ ਹਾਂ ਫਿਰ ਚੱਲਦੇ ਹਾਂ ਆਪਾਂ ਜੇ ਆਰ ਵੱਲ। ਅਤੇ ਧਵਾ ਲਿਆ ਯੂਬੀ ਫਿਰ ਗੱਡੀ, ਅਤੇ ਮਿਲਦੇ ਹਾਂ ਫਿਰ ਤੁਹਾਨੂੰ ਉੱਥੇ ਕਾਰ ਵਾਸ਼ 'ਤੇ ਪਹੁੰਚ ਕੇ, ਬਾਹਰੋਂ ਬਾਹਰੋਂ ਹੀ ਧਵਾਉਣੀ, ਅੰਦਰੋਂ ਤਾਂ ਸਾਫ਼ ਪਈ ਆ। ਲਓ ਜੀ ਕਾਰ ਵਾਸ਼ 'ਤੇ ਪਹੁੰਚ ਗਏ ਸੀ, ਅਤੇ ਬਾਈ ਹੁਣੀ ਲੱਗ ਗਏ ਧੋਣ ਗੱਡੀ। ਯੂਬੀ ਕਹਿੰਦਾ ਗਰਮੀ ਗਰਮੀ ਮੰਨਦਾ ਤੂੰ, ਦੰਦਰਾ ਬਾਹਰ ਖੜਿਆ ਕਰੋ, ਤੁਸੀਂ ਜੱਟਾਂ ਦੇ ਮੁੰਡੇ ਹੋ ਹੈਂ, ਦੇਖੋ ਕਹਿੰਦੇ ਕਾਰ ਵਾਸ਼ ਚੱਲਦਾ, ਬਾਕੀ ਧਵਾ ਕੇ ਫਿਰ ਚੱਲਦੇ ਅੰਦਰੋਂ ਤਾਂ ਨਹੀਂ, ਆਪਾਂ ਨੂੰ ਲੋੜ ਬਾਹਰੋਂ ਬਾਹਰੋਂ ਹੀ ਧਵਾਉਣੀ ਆ, ਅਤੇ ਦਿਖਾਉਂਦੇ ਹਾਂ ਤੁਹਾਨੂੰ ਨਾਲ ਦੀ ਨਾਲ, ਫਿਰ ਚੱਲੀ ਜਾਂਦਾ ਕੰਮ। ਲਓ ਜੀ ਗੱਡੀ ਧਵਾ ਲਈ, ਅਤੇ ਹੁਣ ਲੈ ਕੇ ਚੱਲਦੇ ਹਾਂ ਇਹਨੂੰ ਅੰਦਰ ਦੇ ਘਰੇ ਲਾਉਣਾ ਆਪਾਂ, ਕਿਉਂਕਿ ਇੱਥੇ ਫਿਰ ਲਿਬੜ ਜਾਣਾ ਇਹਨੇ, ਹੁਣ ਛੱਡ ਕੇ ਨਾ ਤਕੜਾ ਪੈ ਜਾਵੇ ਫਿਰ ਇਹਨੂੰ ਲਾਵਾਂਗੇ, ਹੈ ਨਾ ਬਈ ਯੂਬੀ। ਅਤੇ ਹੁਣ ਇਹਨੂੰ ਅੰਦਰਲੇ ਘਰੇ ਲਾਏ ਆਉਂਦੇ ਹਾਂ, ਘਰੋਂ ਆਪਾਂ ਟਰੈਕਟਰ ਵੀ ਚੱਕਣਾ। ਕਿਹੜਾ ਸਰਪ੍ਰਾਈਜ਼ ਬ੍ਰੋ? ਅੱਛਾ ਠੀਕ ਆ, ਉਹ ਵਾਲਾ ਸ਼ਾਮ ਨੂੰ ਕਰਦੇ ਹਾਂ ਉਹ, ਅਤੇ ਆਹ ਵਲੌਗ 'ਚ ਤੁਹਾਨੂੰ ਦੇਖ ਜੂਗਾ ਉਹ। ਬਾਕੀ ਚਲੋ ਫਿਰ ਹੁਣ ਚੱਲੀਏ ਘਰੇ, ਅਤੇ ਘਰੋਂ ਟਰੈਕਟਰ ਵੀ ਚੱਕੀਏ, ਆਹ ਗੱਡੀ ਅੰਦਰ ਦੇ ਘਰੇ ਲਾਈਏ, ਧੋਤੀ ਤਾਂ ਗਈ ਪੂਰੀ, ਲੈ ਲਿਸ਼ਕਾਂ ਮਾਰਦੀ ਆ। ਲਓ ਜੀ ਅਤੇ ਗੱਡੀ ਤਾਂ ਆਪਾਂ ਖੜਾ ਦੀ ਉੱਥੇ, ਹੁਣ ਟਰੈਕਟਰ ਚੱਕਣ ਆਏ ਹਾਂ, ਅਤੇ ਟਰੈਕਟਰ ਚੱਕ ਕੇ ਜੇ ਆਰ ਕੋਲ ਪਹੁੰਚਦੇ ਹਾਂ, ਅਤੇ ਆਹ ਟਾਇਰ ਵੀ ਮੰਗਦੇ ਆ, ਹੁਣ ਟਾਇਰ ਵੀ ਨੇੜੇ ਲੱਗ ਗਏ, ਇਹ ਵੀ ਸੂਣ ਆ, ਕੋਈ ਨਹੀਂ ਕਰਾਂਗੇ ਹੌਲੀ ਹੌਲੀ, ਦਵਿਆ ਨਾ ਕਰੋ ਤੁਸੀਂ ਸਾਰਾ ਕੁਝ ਉੱਪਰ ਝੋਟੇ ਦਾ ਜਾਂ ਜਿੰਨਾ ਕੁ ਹੋ ਗਿਆ। ਅਤੇ ਚਲੋ ਫਿਰ ਹੁਣ ਇਹਨੂੰ ਲੈ ਕੇ ਜੇ ਆਰ ਕੋ ਪਹੁੰਚੀਏ, ਅਤੇ ਅੱਜ ਆਪਾਂ ਕਰ ਲੈਣਾ ਫਾਈਨਲ ਆਪਣਾ ਸਾਰਾ ਕੁਛ, ਬਹੁਤ ਦਿਨ ਹੋ ਗਏ, ਹੁਣ ਤਾਂ ਬਹੁਤ ਦਿਨ ਹੋ ਗਏ। ਅੱਜ ਉਹਦਾ ਆਪਦਾ ਫੋਨ ਆਇਆ, ਕਹਿੰਦਾ ਆ ਜਾ ਨਾਲ, ਕਹਿੰਦਾ ਨਾਪ ਨੂਪ ਜਿਹਾ ਸੈੱਟ ਕਰਕੇ ਬਣਾ ਲਈਏ ਫਿਰ। ਚਲੋ ਫਿਰ ਉਹਦੇ ਕੋਲ ਪਹੁੰਚ ਕੇ ਮਿਲਦੇ ਹਾਂ ਤੁਹਾਨੂੰ, ਅਤੇ ਚੱਲ ਕੇ ਕਰਾਉਂਦੇ ਹਾਂ ਕੰਮ। ਆਹ ਦੇਖੋ ਬਾਂਪਰ ਲੰਬੇ ਦਾ, ਆਹ ਫਾਇਦਾ ਸਿੱਧਾ ਕਰਕੇ ਕੱਢਣਾ ਪੈਂਦਾ। ਬਾਕੀ ਚਲੋ ਫਿਰ ਮੇਰੇ ਵੀਰੇ ਉੱਥੇ ਪਹੁੰਚ ਕੇ ਮਿਲਦੇ, ਚੱਲ ਕੇ ਕਰਾਉਂਦੇ ਹਾਂ ਇਹਦਾ ਕੰਮ। ਬਾਕੀ ਟਰੈਕਟਰ ਧੋਣ ਵਾਲਾ ਵੀ ਆ, ਪਹਿਲਾਂ ਹੁਣ ਕੰਮ ਕਰਾ ਕੇ ਫਿਰ ਧੋਣ ਵਾਲਾ, ਆਪਾਂ ਡਿਊ 'ਤੇ ਉਹ ਵੀ ਲੈ ਕੇ ਆਉਣੇ ਆ, ਸੱਚ ਵੇਟ ਵੇਟ ਵੀ ਲੈ ਕੇ ਆਉਣੇ ਆ ਡਿਊ 'ਤੇ, ਉਹ ਵੀ ਕਰਦੇ ਹਾਂ ਬਾਈਕ ਅੱਧੇ ਦਿਨ 'ਚ। ਲਓ ਜੀ ਆਹ ਦੇਖੋ ਗੱਡੀ, ਕਹਿੰਦੇ ਇੱਧਰ ਖੜਾ ਤੀ ਆਪਾਂ, ਚਮਕਦੀ ਦੇਖੋ, ਬਾਕੀ ਸਫਾਈ ਬਾਹਲੀ ਵਧੀਆ ਰਹਿਣ ਚਮਕਾ ਤੀ ਉਹਨਾਂ ਨੇ, ਨਾਲੇ ਹਿਸਾਬ ਦਾ ਮੁੰਡੇ ਵਧੀਆ ਕੰਮ ਕਰਦੇ ਆ, ਜੇ ਕਿਸੇ ਨੇ ਕਰਾਉਣੀ ਵੀ ਹੋਵੇ ਟੈਪੀ ਆ, ਟੈਪੀ ਜਿਹੜਾ ਪਿੰਡ ਆ ਉਹ ਭਰਾਵਾ, ਤੂੰ ਠੰਡਾ ਰਹਿ, ਤੂੰ ਸਾਨੂੰ ਡਰਾਉਂਦਾ ਰਹਿਣਾ, ਮੈਂ ਕਰਦੇ ਬੰਦ। ਬਸ ਬਸ ਬਾਹਲੀ ਬੈਕ ਨਾ ਸਹੀ ਲੱਗੀ ਸੀਗੀ, ਉਹ ਬਾਹਲੀ ਬੈਕ ਕਰਤੀ, ਤੂੰ ਸਾਨੂੰ ਡਰਾਉਣਾ ਰਹਿਣਾ, ਉਂਗਲ ਦਾ ਫਰਕ ਰਹਿ ਗਿਆ ਸੀ ਫਿਰ, ਤੂੰ ਠੰਡਾ ਰਿਹਾ ਕਰ, ਪੀਲਾ ਹੁੰਦਾ ਸੀ ਲਾਲ ਆਏ ਤੇ ਪੂਰਾ ਲੱਗਣਾ ਸੀ, ਮੇਰਾ ਤਾਂ ਕੋਈ ਨੀ, ਪੀਲੇ ਤੇ ਸਾਡੇ ਦਾ ਸਾਹ ਸੁੱਕੇ ਜਾਂਦੇ ਭਰਾਵਾ। ਚੱਲ ਆ ਜਾ, ਚਲੋ ਫਿਰ ਹੁਣ ਚੱਲੀਏ ਜੇ ਆਰ ਕੋਲ, ਉਹਦੇ ਕੋਲ ਚੱਲ ਕੇ ਦਿੰਦੇ ਹਾਂ, ਗੱਡੀ ਸੋਹਣੀ ਧੋਤੀ ਆ ਨਾ,
ਚਮਕਦੀ ਆ ਪੂਰੀ। ਜੇ ਆਰ ਆਰ ਤੇ ਪਹੁੰਚ ਗਏ ਸੀ ਟਰੈਕਟਰ ਲੈ ਕੇ। ਬਾਕੀ ਦੇਖੋ ਇੱਧਰ ਕਹਿੰਦੇ ਪਲੇਟ ਰੈਡੀ ਆ, ਬਸ ਆਪਣੀ ਅੰਦਰ ਦੀਆਂ ਉਹ ਰਹਿ ਗਏ ਅੱਖਰ, ਉਹ ਉੱਧਰ ਕਟਿੰਗ ਚੱਲਦੀ ਆ ਚੈੱਕ ਕਰੋ ਪੂਰਾ। ਅੱਖਰਾਂ ਦੀ ਕਟਿੰਗ ਚੱਲਦੀ ਆ, ਜਿਹੜੇ ਸਾਈਡ ਵਾਲੇ ਪੱਲੇ ਆ ਬਸ ਉਹ ਵੀ ਤਿਆਰ ਕਰੀ ਜਾਂਦਾ ਕਹਿੰਦੇ ਮੁੰਡਾ ਨਾਲ ਦੀ ਨਾਲ। ਤੁਹਾਨੂੰ ਦਿਖਾਉਂਦੇ ਹਾਂ ਸਾਰਾ ਟੋਟਲੀ, ਅੱਜ ਕੰਪਲੀਟ ਕਰ ਦੇਣਾ। ਉੱਤੇ ਵਾਲੀ ਪਲੇਟ ਦਾ ਵੀ ਦੇਖਦੇ ਹਾਂ, ਉਹ ਵੀ ਦੇਖਦੇ ਹਾਂ ਕਰਦੇ ਹਾਂ, ਹੈ ਨਾ ਬਈ ਉੱਭੀ ਪ੍ਰੀਤ ਹੈਂ। ਪਾਣੀ ਛੱਡਾ ਅਤੇ ਬਾਕੀ ਦਿਖਾਉਂਦੇ ਨਾਲ ਦੀ ਨਾਲ ਜਿਵੇਂ ਜਿਵੇਂ ਉਹ ਬਣੂਗਾ। ਦੇਖੋ ਜੀ ਗ੍ਰੀਨ ਕਲਰ ਦੇ ਅੱਖਰ ਕਹਿੰਦੇ ਮੁੰਡਾ ਲੱਗਣ ਲੱਗਿਆ ਪਿਆ ਕੱਢਣ, ਤੂੰ ਰਹਿਣ ਦੇ ਉੱਭੀ, ਹੋਰ ਨਾ ਸਾਰਾ ਕੋਈ ਪੱਟ ਲਵੀਂ ਤੇਰਾ ਨਹੀਂ ਯਕੀਨ, ਉਹਨੂੰ ਹੌਲੀ ਹੌਲੀ ਕਰ ਲੈਣ ਦੇ। ਦੇਖੋ ਬਾਕੀ ਹੁਣ ਤੁਹਾਨੂੰ ਫਾਈਨਲ ਲੁੱਕ ਦਿਖਾਉਂਦੇ ਹਾਂ। ਅਤੇ ਦੂਜੀਆਂ ਪਲੇਟਾਂ ਦਾ ਵੀ ਕੰਮ ਚੱਲੀ ਜਾਂਦਾ, ਉੱਧਰ ਦੇਖੋ ਕਹਿੰਦੇ ਜੀ ਆਰ ਕਟਿੰਗ ਵਗੈਰਾ ਚੱਲੀ ਜਾਂਦਾ, ਅਤੇ ਸਾਈਡ ਵਾਲੀਆਂ ਤਿੰਨੇ ਕਰ ਲੈਣੀਆਂ, ਉੱਪਰ ਵਾਲੀ ਵੀ ਬਣਾਈ ਹੋਈ ਲੈਣੀ ਆਪਾਂ। ਅਤੇ ਲਓ ਜੀ ਆ ਸਾਈਡ ਵਾਲੀਆਂ ਪਲੇਟਾਂ ਦਾ ਕੰਮ ਚੱਲ ਪਿਆ, ਫਰੰਟ ਵਾਲੀ ਆਪਣੀ ਰੈਡੀ ਆ। ਦੇਖੋ ਪੂਰੀ ਐਨ ਗੱਲਬਾਤ ਸਿਰਾ ਬਣਾ ਛੱਡੀ ਆ, ਅਤੇ ਸਾਈਡ ਵਾਲੀਆਂ ਪਲੇਟਾਂ ਰੈਡੀ ਕਰਦੇ ਹਾਂ। ਉਹ ਵੀ ਦੱਸ ਫਿਰ ਲੋਟ ਆ ਪੂਰੀ ਐਨ ਘੈਂਟ ਲੱਗੂ ਜਦ ਲੱਗ ਗਈ। ਅਤੇ ਇਹੋ ਜਿਹੇ ਉਹਦੇ ਕੁਛ ਬਣਾ ਰਹੇ ਹਾਂ, ਤੁਹਾਨੂੰ ਦਿਖਾਵਾਂਗੇ ਨਾਲ ਦੀ ਨਾਲ। ਅਤੇ ਐਨ ਓਕੇ ਰਿਪੋਰਟਾਂ, ਇੱਕ ਪਾਸੇ ਵਾਲਾ ਪੱਲਾ ਉਹ ਪਿਆ, ਉਹਦੇ ਉੱਤੇ ਟੇਪ ਕਰਤੀ ਆ, ਹੁਣ ਇਹ 'ਚ ਕਟਿੰਗ ਹੋਊਗੀ। ਅਤੇ ਆਹ ਪਏ ਨੇ ਅੱਖਰ ਉੱਖਰ ਸਾਰਾ ਕੁਝ, ਤੁਹਾਨੂੰ ਏ ਟੂ ਜ਼ੈੱਡ ਦਿਖਾਵਾਂਗੇ ਆਪਾਂ, ਪੂਰਾ ਐਨ ਓਕੇ ਆ। ਦੇਖੋ ਮੇਰੇ ਵੀਰੋ ਆ ਬਾਰਡਰ ਦੀ ਕਟਿੰਗ ਹੋ ਰਹੀ ਆ, ਅਤੇ ਡਿਜ਼ਾਇਨ ਜਿਹਾ ਪਾਇਆ ਆਪਾਂ ਬਾਰਡਰ 'ਚ, ਅਤੇ ਸੋਹਣਾ ਲੱਗੂ ਇਹ ਮਾਂ ਕੇ ਤੁਹਾਨੂੰ ਦਿਖਾਉਣੇ ਨਾਲ ਦੀ ਨਾਲ ਐਨ ਓਕੇ ਰਿਪੋਰਟਾਂ। ਅਤੇ ਸਾਰੇ ਕਾਸੇ ਦੀ ਕਟਿੰਗ ਕੁਟਿੰਗ ਚੱਲੀ ਜਾਂਦੀ ਆ। ਦੇਖੋ ਲਓ ਜੀ ਉੱਧਰ ਕੰਮ ਚੱਲੀ ਜਾਂਦਾ, ਹੁਣ ਆਪਾਂ ਸਕੂਟਰੀ ਲੈ ਕੇ ਮਾੜਾ ਘਰੇ ਚੱਲੇ ਹਾਂ, ਉੱਥੋਂ ਆਪਾਂ ਥਾਰ ਚੱਕਣੀ ਆ। ਅਤੇ ਆਪਣੇ ਬੰਦੇ ਨਾ ਪੰਜੀਰੀ ਪੱਟੀ ਖੜ੍ਹੇ ਆ, ਅਤੇ ਆਪਾਂ ਮੋਟਰ 'ਤੇ ਛੱਡ ਕੇ ਆਉਣੇ ਆ ਉਹ ਘਰੋਂ ਗੱਡੀ ਜਾ ਕੇ, ਮਗਰ ਟਰਾਲੀ ਪਾ ਕੇ ਫਿਰ ਚੱਲਦੇ ਹਾਂ ਆਪਾਂ, ਅਤੇ ਉੱਥੇ ਮੋਟਰ 'ਤੇ ਛੱਡ ਕੇ ਆਉਂਦੇ ਹਾਂ। ਤੁਹਾਨੂੰ ਦਿਖਾਉਂਦੇ ਹਾਂ ਨਾਲੇ ਕਿੰਨਾ ਕੱਦੂ ਹੋ ਗਿਆ, ਉਹ ਵੀ ਚੈੱਕ ਕਰਾਉਣੇ ਸਾਡੇ ਚੈੱਕ। ਉਹ ਕਹਿੰਦੇ ਸ਼ਬੀਲ ਗੈਂਗ ਪਹੁੰਚ ਗਈ ਫੁੱਲ, ਮਗਰ ਟਰਾਲੀ ਵੀ ਭਰੀ ਹੋਈ ਆ। ਸ਼ਬੀਲ ਗੈਂਗ ਕਹਿੰਦੇ ਆ ਮੁੰਡਿਆਂ ਨੂੰ, ਕਿਉਂ ਬਾਈ ਚੱਕੋ ਜੀ ਕਹਿੰਦੇ ਪਹੁੰਚ ਗਏ। ਆਹ ਲੈ ਕਿਆਰਾ ਇੱਧਰ ਦਾ ਦੇਖ ਲਓ, ਹੋ ਗਿਆ 6 ਕਿੱਲੇ ਦਾ ਕੱਦੂ ਕੰਪਲੀਟ, ਆਹਲਾ ਰਹਿ ਗਿਆ 1 ਕਿਆਰਾ ਬਸ ਇਹ 'ਚ, ਇਹਦੇ ਬੀਜ ਦੇਣਾ ਕਿਵੇਂ ਠੇਕੇਦਾਰਾ, ਨਾਨਕਾਵੇਂ ਲੋਕਿਆ ਸਾਰਾ ਹੈਂ। ਚਲੋ ਫਿਰ ਮੇਰੇ ਤਾਂ ਲੱਗਦੇ ਆ ਇੱਥੇ ਪਨੀਰੀ ਲਹਾਉਂਦੇ ਆ, ਬਾਕੀ ਓਕੇ ਰਿਪੋਰਟਾਂ ਉੱਥੋਂ ਲੈ ਆਏ। ਦੇਖੋ ਲਓ ਜੀ ਸਾਰੀ ਗੈਂਗ ਵਾਰ ਲਾਇਆ ਆਪਾਂ ਹੈਂ, ਉਹ ਵੀ ਖਾਲੀ ਕਰਿਆ ਟਰਾਲੀ ਵੀ ਲਾਇਆ, ਉਹਦੇ 'ਚ ਪਨੀਰੀ ਲੱਦੀ ਸੀ, ਉਹ ਕਹਿੰਦੇ ਉਰੇ ਸ਼ਾਮ ਹੀ ਲਾ ਦਿਉ। ਅਤੇ ਆਪਾਂ ਲਾਂਗਰੀ ਉਰੇ ਲਾਉਣਾ ਸੀਗਾ ਉਹਨੂੰ ਲਾਤਾ, ਅਤੇ ਹੁਣ ਆਪਾਂ ਚੱਲਦੇ ਹਾਂ ਦੁਬਾਰੇ ਪਿੰਡ ਨੂੰ। ਚੱਲੇ ਸ਼ਬੀਲ ਸ਼ਬੀਲ ਪੇ ਲਾਈ ਇਹਨਾਂ ਨੂੰ ਪੂਰੇ ਰਾਹ 'ਚ, ਕਹਿੰਦੇ ਠੰਡੇ ਕਰਕੇ ਖੱਤੇ 'ਚੋਂ ਆਪਾਂ ਵਾੜਿਆ ਇਹ। ਚਲੋ ਫਿਰ ਹੁਣ ਆਪਾਂ ਚੱਲੀਏ ਘਰ ਵੱਲ ਨੂੰ, ਅਤੇ ਘਰੇ ਕਾਹਨੂੰ ਜੇ ਆਰ ਕੋਲ ਵੀ ਜਾਣਾ ਸੱਚ, ਸਕੂਟਰੀ ਘਰੇ ਖੜੀ ਆ ਨਾ ਉਹਦੀ, ਗੱਡੀ ਘਰੇ ਲਾ ਕੇ ਸਕੂਟਰੀ ਲੈ ਕੇ ਚੱਲਦੇ ਹਾਂ ਫਿਰ ਆਪਾਂ। ਲਓ ਜੀ ਸਾਰਾ ਕੰਮ ਕੰਪਲੀਟ ਹੋ ਗਿਆ, ਦੇਖੋ ਹੁਣ ਬਸ ਅੱਖਰਾਂ ਉੱਤੋਂ ਲਾਉਣਾ, ਫਿਰ ਜਮ੍ਹਾਂ ਹੀ ਐਨ ਓਕੇ ਫਾਈਨਲ ਲੁੱਕ ਮਿਲ ਜੂ ਤੈਨੂੰ। ਅਤੇ ਬੈਕ 'ਤੇ ਹੁਣ ਆਹ ਬਲੈਕ ਟੇਪ ਕਰਨ ਲੱਗੇ ਹਾਂ ਆਪਾਂ, ਆਹ ਸਾਰੇ 'ਤੇ ਐਂ ਕਵਰ ਕਰਕੇ ਪੂਰਾ ਐਨ ਓਕੇ ਕਰ ਦੇਣਾ, ਅਤੇ ਲਿਆ ਰੱਖ ਦੇ। ਅਤੇ ਚੱਲਦਾ ਵੀ ਆਪਾਂ ਚਲਾ ਵੀ ਲਿਆ, ਅਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਕਿਹੜਾ ਟੇਪ ਟੂਪ ਹੋ ਜਾਵੇ ਸਾਰਾ। ਦੂਜਾ ਪੱਲਾ ਵੀ ਤਿਆਰ ਹੋਈ ਜਾਂਦਾ, ਆਹ ਵੀ ਤਿਆਰ ਆ, ਇਹਦਾ 3 ਹੋ ਜਾਣੇ ਬਸ, ਇਹ ਤੋਂ ਉੱਤੇ ਵਾਲਾ ਰਹਿ ਗਿਆ, ਉਹ ਵੀ ਕੋਈ ਨਹੀਂ ਹੌਲੀ ਹੌਲੀ ਹੋ ਜੂ, ਤੁਹਾਨੂੰ ਦਿਖਾਵਾਂਗੇ ਨਾਲ ਦੀ ਨਾਲ। ਲਓ ਜੀ ਤਿੰਨੇ ਰੈਡੀ ਨੇ, ਗ੍ਰੀਨ ਹਾਰਸ, ਆਲ ਆਈਜ਼ ਔਨ ਮੀ ਅਤੇ ਸੈਲੀਬ੍ਰਿਟੀ ਕਿਲਰ, ਅਤੇ ਓਕੇ ਆ। ਬਾਕੀ ਹੁਣ ਜਗਾ ਕੇ ਦਿਖਾਉਂਦੇ ਤਿੰਨੇ ਇਕੱਠੇ ਹੀ ਕਰਦੇ ਕਨੈਕਸ਼ਨ, ਅਤੇ ਦਿਖਾਉਂਦੇ ਤੁਹਾਨੂੰ ਫਿਰ ਲੁੱਕ।
ਉਹ ਜੀ ਤਿਆਰ ਨੇ ਕਹਿੰਦੇ ਪਲੇਟਾਂ ਪੂਰੀਆਂ ਦੇਖੋ ਪਹਿਲਾਂ ਇੱਧਰ ਦੇ ਸਾਈਡ ਵਾਲੀ ਲਾ ਕੇ ਫਿਰ ਮੂਹਰਲੀ ਗ੍ਰੀਨ ਹੋਰਸ ਅਤੇ ਫਿਰ ਪਰਲੇ ਪਾਸੇ ਕਿਵੇਂ ਲੱਗਿਆ ਵੀ ਮੁੰਡਿਓ ਹੈ ਸਬਿਸ਼ਨ ਉਹ ਜੀ ਫਾਈਨਲ ਲੁੱਕ ਚੈੱਕ ਕਰੋ ਅਤੇ ਐਨ ਗੱਲਬਾਤ ਸਿਰਾ ਬਣ ਗਈ ਦੂਰੋਂ ਖੜ ਕੇ ਤਾਂ ਇਕੱਲਾ ਹੀ ਅੱਡ ਹੀ ਚਮਕਦਾ ਕਹਿੰਦੇ ਦੇਖੋ ਲਾ ਬਣ ਗਈ ਗੱਲ ਸਿਰਾ ਪੂਰਾ ਸਿਰਾ ਲਾਉਂਦਾ ਹੈ ਨਾ ਅਤੇ ਬਸ ਹੁਣ ਆਪਾਂ ਇਕੱਲੇ ਬਾਰਡਰ ਲਵਾਉਣੇ ਆ ਇੱਥੋਂ ਉੱਪਰੋਂ ਆਏ ਮਾੜੇ ਮਾੜੇ ਵੀ ਤਾਂ ਕਿ ਜੇ ਕੋਈ ਇਹਦੇ ਉੱਤੇ ਚੜ੍ਹ ਜਾਵੇ ਪੈਰ ਪੂਰ ਨਾਲ ਲੈ ਨਾ ਜਾਵੇ ਇਹ ਉਹ ਸੇਫਟੀ ਨੂੰ ਹੀ ਹੁੰਦਾ ਅਤੇ ਵਾਇਰਿੰਗ ਇਹਦੀ ਕੱਲ੍ਹ ਨੂੰ ਕਰਾਵਾਂਗੇ ਆਪਾਂ ਕਿਉਂਕਿ ਅੱਜ ਸੰਡੇ ਕਰਕੇ ਬਣਦਾ ਸਾਰਾ ਕੁਛ ਅਤੇ ਬਸ ਬਾਰਡਰ ਲਵਾ ਕੇ ਚੱਲਦੇ ਆ ਫਿਰ ਘਰੇ ਉਹ ਜੀ ਮੇਰੇ ਵੀਰੋ ਫਾਈਨਲ ਲੁੱਕ ਕਰੋ ਜੇ ਗੱਲਬਾਤ ਐਨ ਸਿਰਾ ਬਣ ਗਈ ਬਾਕੀ ਕਮੈਂਟਾਂ ਵਿੱਚ ਦੱਸੋ ਤੁਸੀਂ ਕਿਵੇਂ ਲੱਗਦਾ ਦੂਜੇ ਪਾਸੇ ਵੀ ਦਿਖਾ ਦਿੰਦੇ ਹਾਂ ਬਾਕੀ ਜਦੋਂ ਲਾਈਟਿੰਗ ਹੋ ਗਈ ਨਾ ਉਦੋਂ ਪੂਰੀ ਐਨ ਸਿਰਾ ਗੱਲਬਾਤ ਬਣ ਜਾਣੀਆਂ ਅਤੇ ਕਮੈਂਟਾਂ 'ਚ ਦੱਸ ਦਿਓ ਕਿਵੇਂ ਲੱਗਦਾ ਸਾਡੇ ਹਿਸਾਬ ਨਾਲ ਐਨ ਸਿਰਾ ਗੱਲਬਾਤ ਹੋ ਗਈ ਬਾਕੀ ਚਲੋ ਫਿਰ ਚੱਲੀਏ ਗੈਂਗ ਵਰੁਣ ਵਧਾਈਆਂ ਬਰੋ ਗੱਡੀ ਦੀਆਂ ਮੁੰਡਾ ਕਹਿੰਦਾ ਗੱਡੀ ਗੱਡੀ ਲਿਆਇਆ ਤਾਂ ਆ ਜਾ ਦਿਖਾਈ ਹੁਣ ਨਹੀਂ ਟਰੈਕਟਰ ਲੈ ਆਉਂਦਾ ਹੁਣ ਉਹ ਖੜੀ ਆ ਝੋਟੀ ਦੇਖੋ ਉਹ ਜੀ ਟਰੈਕਟਰ ਲਾਤਾ ਅੰਦਰ ਅਤੇ ਉਹਦੀ ਵਾਇਰਿੰਗ ਵਗੈਰਾ ਕੱਲ੍ਹ ਨੂੰ ਕਰਨੀ ਆ ਬਾਕੀ ਗੱਡੀ ਕਹਿੰਦੇ ਚੈੱਕ ਕਰੋ ਵੋਲਵੋ 70-71 ਨੰਬਰ ਆ ਜਿੱਥੇ ਵੀ ਦਿਖੇ ਸਲਾਮ ਕਰਨਾ ਤੁਸੀਂ ਠੀਕ ਆ ਅਤੇ ਕਿਵੇਂ ਆ ਬਾਈ ਪਰਫੋਰਮੈਂਸ ਤੈਨੂੰ ਕਿਵੇਂ ਲੱਗੀ ਭਰਾਵਾ ਨਹੀਂ ਤੈਨੂੰ ਦੱਸਦਾ ਉਹ ਦੇਖੋ ਦੀਂਦਾ ਉੱਪਰ ਉਹ ਸਟੇਅਰਿੰਗ ਉੱਤੇ ਆ ਦੇਖੋ ਜੀ ਮੁੰਡੇ ਨੂੰ ਹੁਣ ਦੱਸਿਆ ਕਿਹੜਾ ਹੁਣ ਸਿੱਖ ਗਿਆ ਮੇਰੇ ਵੀਰੋ ਕਲੱਚ ਲੱਭ ਬ੍ਰੇਕ ਰੇਤ ਦੱਬੀ ਜਾਂਦਾ ਨਾਲ ਬਹਿ ਜਾ ਵਰੁਣ ਇਹਦੇ ਬਾਕੀ ਦੇਖੋ ਵੋਲਵੋ D3 S60 ਪੂਰੀ ਐਨ ਸਿਰਾ ਗੱਡੀ ਆ ਅਤੇ ਆਪਾਂ ਹੁਣ ਚੱਲੇ ਗੁੱਜਰ ਵਾਲ ਮੋਟਰ 'ਤੇ ਅਤੇ ਗੱਡੀ ਲੁੱਕ ਬੁਰੀ ਐਨ ਘੈਂਟ ਆ ਮੈਂ ਵੀ ਚਲਾ ਕੇ ਦੇਖਿਆ ਸਿਰਾ ਪਰਫੋਰਮੈਂਸ ਆ ਭਰਾਵਾ ਰੇਲ ਦੱਬੀ ਦਾ ਥੱਲਿਓ ਨਿਕਲ ਗਏ ਸੇਫਟੀ ਲਈ ਬੰਦਾ ਛੱਡਿਆ ਉਹ ਸਿਖਾਊਗਾ ਗੱਡੀ ਇਹ ਵੋਲਵੋ ਵੈਸੇ ਤੁਹਾਨੂੰ ਪਤਾ ਹੀ ਹੋਣਾ ਵੀ ਸੇਫੈਸਟ ਕਾਰ ਆ ਕਾਰ ਆ ਲਓ ਜੀ ਮੇਰੇ ਵੀਰੋ ਘਰ ਆਪਾਂ ਪਹੁੰਚ ਗਏ ਸੀ ਅਤੇ ਆਪਾਂ ਫਿਰ ਮੋਟਰ 'ਤੇ ਜਾਣਾ ਕੈਂਸਲ ਕਰਤਾ ਸੀ ਇੱਥੇ ਪਿੰਡ ਹੀ ਵਰੁਣ ਹੋਣਾ ਨੂੰ ਇੱਥੇ ਨਵਾਤਾ ਸੀਗਾ ਪੂਲ ਜਿਹਾ ਬਣਿਆ ਹੋਇਆ ਆਪਣੇ ਉਰੇ ਨੇੜੇ ਹੀ ਅਤੇ ਉਹ ਕਹਿੰਦੇ ਮੋਟਰ 'ਤੇ ਨਹਾਉਣਾ ਫਿਰ ਇੱਥੇ ਹੀ ਨਵਾਤਾ ਸੀਗਾ ਉੱਧਰ ਆਪਾਂ ਗਏ ਨਹੀਂ ਗੁੱਜਰ ਵਾਲ ਅਤੇ ਬਾਕੀ ਗੱਡੀ ਚਲਾ ਕੇ ਦੇਖੀ ਸੀ ਉਹਦੀ ਆਪਾਂ ਵੋਲਵੋ ਪੂਰੀ ਐਨ ਸਿਰਾ ਪੂਰਾ ਗਾਹ ਮਤਲਬ ਰੇਸ 'ਤੇ ਪੈਰ ਧਰੇ 'ਤੇ ਤਾਂ ਆਂ ਹੀ ਨਿਕਲਦੀ ਥੱਲੇ ਛੂ ਕਰਕੇ ਬਾਹਲੀ ਵਧੀਆ ਨਾਲੇ ਐਨ ਕੰਡੀਸ਼ਨ ਪੂਰੀ ਐਨ ਸਿਰਾ ਗੱਡੀ ਦੀ ਅਤੇ ਮਿਊਜ਼ਿਕ ਸਿਸਟਮ ਵਗੈਰਾ ਸਾਰਾ ਜਾਂ ਪੂਰਾ ਐਨ ਵਧੀਆ ਨਾਲੇ ਤੁਹਾਨੂੰ ਪਤਾ ਹੀ ਹੋਣਾ ਵੋਲਵੋ ਦੀਆਂ ਗੱਡੀਆਂ ਤਾਂ ਬਾਹਲੀਆਂ ਕਾਮਯਾਬ ਨੇ ਅਤੇ ਸੇਫੈਸਟ ਕਾਰ ਆ ਵਧੀਆ ਗੱਡੀ ਆ ਪੂਰੀ ਐਨ ਅਤੇ ਬਾਕੀ ਚਲੋ ਹੁਣ ਸਭ ਨੂੰ ਮਿਲਦੇ ਹਾਂ ਅਗਲੇ ਵਲੋਗ 'ਚ ਅਤੇ ਆਪਣਾ ਕੱਲ੍ਹ ਨੂੰ ਕਰਾਉਣੇ ਟਰੈਕਟਰ ਦੀ ਵਾਇਰਿੰਗ ਅਤੇ ਉਹ ਵੀ ਦੇਖ ਜਾਂ ਜੋ ਉੱਤੇ ਵਾਲਾ ਪੱਲਾ ਤਿਆਰ ਹੋ ਗਿਆ ਕੱਲ੍ਹ ਨੂੰ ਉਹ ਵੀ ਕਰਾ ਲਾਂਗੇ ਅਤੇ ਚਲੋ ਫਿਰ ਸਭ ਨੂੰ ਮਿਲਦੇ ਹਾਂ ਅਗਲੇ ਵਲੋਗ ਦੇ ਵਿੱਚ।